ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਸਵੈਮਾਨ ਸਿੰਘ ਪਖੋਕੇ। ਅਸੀਂ ਸਾਰੇ ਪੰਜਾਬ ਤੋਂ ਆਏ ਹਾਂ, ਰਾਈਟ? ਕਿਤੇ ਨਾ ਕਿਤੇ ਸਾਡੀਆਂ ਤਾਰਾਂ ਜੁੜੀਆਂ ਪੰਜਾਬ ਦੇ ਨਾਲ। ਜ਼ਿਆਦੀਆਂ ਚੀਜ਼ਾਂ ਤਾਂ ਉਹਦੇ ਵਿੱਚੋਂ ਵਧੀਆ ਹੀ ਆ, ਬਟ ਇੱਕ ਜਿਹੜੀ ਪ੍ਰੋਬਲਮ ਸਾਨੂੰ ਆਉਂਦੀ ਆ ਪੰਜਾਬ ਦੇ ਨਾਲ ਨਾਤਾ, ਕਿਉਂਕਿ ਸਾਡਾ ਹੈਗਾ, ਉਹ ਆ ਕੈਂਸਰ ਦੀ ਜਾਂ ਜਿਹੜੀ ਸਾਡੀ ਹੈਲਥ ਦੀ ਪ੍ਰੋਬਲਮ। ਕਿਉਂਕਿ ਯੂਨੋ ਗ੍ਰੀਨ ਰੈਵੋਲਿਊਸ਼ਨ ਹੋਇਆ ਜਾਂ ਸਾਡੀ ਖੇਤੀਬਾੜੀ ਅਸੀਂ ਬੜੀ ਸਪੀਡਾਂ ਨਾਲ ਵਧਾਈ, ਫਰਟੀਲਾਈਜ਼ਰ ਯੂਜ਼ ਕੀਤੇ, ਕਿਤੇ ਨਾ ਕਿਤੇ ਆਪਣੀ ਆਪਣੇ ਆਪ ਦੇ ਅਸੀਂ ਵੈਰੀ ਬਣ ਗਏ, ਰਾਈਟ? ਉਹ ਫਰਟੀਲਾਈਜ਼ਰ ਜਿਹੜੇ ਯੂਜ਼ ਕੀਤੇ ਉਹ ਸਾਡੇ DNA ਵਿੱਚ ਉਹਨੇ ਹਿੱਟ ਕੀਤਾ, ਜਿਹੜਾ ਹੁਣ ਮਾਲਵੇ ਵਿੱਚ ਜਿਹੜਾ ਕੈਂਸਰ ਬੈਲਟ ਹੈ, ਜਿਹਨੂੰ ਕਿਹਾ ਜਾਂਦਾ ਹਾਈਐਸਟ ਰੇਟ ਆਫ ਕੈਂਸਰ ਆ ਉਹ ਰੀਜਨ ਦੀ ਸਾਰੇ ਇੰਡੀਆ ਦੇ ਵਿੱਚੋਂ। ਐਂਡ ਉਹ ਇਸੇ ਲਈ ਕਿਉਂਕਿ ਅਸੀਂ ਪੋਲਿਊਸ਼ਨ ਜਾਂ ਸਾਡਾ ਜਿਹੜਾ ਉਹ ਵਾਤਾਵਰਨ ਖਰਾਬ ਕੀਤਾ, ਜਿਹੜਾ ਅਸੀਂ ਫਰਟੀਲਾਈਜ਼ਰ ਯੂਜ਼ ਕੀਤੇ। ਔਰ ਜਸਟ ਬਿਕੋਜ਼ ਅਸੀਂ ਅਮੈਰੀਕਾ ਆ ਜਾਂਦੇ ਹਾਂ, ਇਹਦਾ ਮਤਲਬ ਇਹ ਨਹੀਂ ਕਿ ਸਾਡੇ ਉਹ ਰਿਸਕ ਸਾਡੇ ਤੋਂ ਦੂਰ ਹੋ ਜਾਂਦੇ ਆ, ਕਿਉਂਕਿ ਜਿਹੜੇ ਉਹ ਮਾੜੀ ਖੁਰਾਕ ਖਾਧੀ ਹੈ ਜਾਂ ਉਹ ਜਿਹੜੀ ਮਾੜੀ ਹਵਾ 'ਚ ਅਸੀਂ ਸਾਹ ਲਿਆ, ਉਹ ਕਿਤੇ ਨਾ ਕਿਤੇ ਸਾਡੇ ਨਾਲ ਅਮੈਰੀਕਾ ਤੱਕ ਹੀ ਆਉਂਦੀ ਆ। ਠੀਕ ਹੈ, ਉਹ ਰਿਸਕ ਫੈਕਟਰ ਬੰਦ ਹੋ ਜਾਂਦੇ ਆ ਜਦੋਂ ਅਸੀਂ ਇੱਥੇ ਆ ਜਾਂਦੇ ਹਾਂ, ਪਰ ਸਾਨੂੰ ਉਹ ਚੀਜ਼ ਦੇ ਅਵੇਅਰ ਹੋਣਾ ਚਾਹੀਦਾ, ਕਿਉਂਕਿ ਅਸੀਂ ਉੱਥੋਂ ਦਾ ਪਾਣੀ ਪੀਤਾ, ਉੱਥੋਂ ਦੀ ਜਿਹੜੀ ਖੁਰਾਕ ਖੜਦੀ ਆ, ਜਾਂ ਕਿਤੇ ਵੀ ਦੁਨੀਆ ਦੇ ਵਿੱਚ ਕੈਂਸਰ ਦਾ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਆ। ਐਂਡ ਬਿਗ ਰੀਜ਼ਨ ਉਹਦੀ ਅਵੇਅਰਨੈਸ ਹੋਣੀ ਚਾਹੀਦੀ ਆ, ਕਿਉਂਕਿ ਅਰਲੀ ਜਿਹੜੀ ਡਿਟੈਕਟਿਡ ਕੈਂਸਰ ਆ, ਭਾਵੇਂ ਉਹ ਬ੍ਰੈਸਟ ਕੈਂਸਰ ਆ, ਸਰਵਾਈਕਲ ਕੈਂਸਰ ਆ, ਕੋਲੋਰੈਕਟਲ ਕੈਂਸਰ ਆ, ਪ੍ਰੋਸਟੇਟ ਕੈਂਸਰ ਆ, ਜੇ ਟਾਈਮ ਸਿਰ ਸਾਨੂੰ ਉਹਦਾ ਪਤਾ ਲੱਗ ਜਾਏ ਕਿ ਇਸ ਇਨਸਾਨ ਨੂੰ ਆ ਕੈਂਸਰ ਆ, ਤਾਂ ਅਸੀਂ ਉਹਨੂੰ ਬਹੁਤ ਈਜ਼ਲੀ 100% ਤਾਂ ਕਦੀ ਵੀ ਨਹੀਂ ਹੁੰਦਾ, ਪਰ 99.999% ਅਸੀਂ ਤੁਹਾਨੂੰ ਟ੍ਰੀਟ ਕਰ ਸਕਦੇ ਹਾਂ। ਸੋ ਅੱਜ ਦਾ ਜਿਹੜਾ ਸ਼ੋਅ ਆ ਉਹ ਪ੍ਰੀਵੈਂਟਿਵ ਮੈਡੀਸਨ 'ਤੇ ਆ, ਪ੍ਰੀਵੈਂਟਿਵ ਕੇਅਰ ਦੇ ਉੱਤੇ ਆ, ਅਲੱਗ ਅਲੱਗ ਸਕਰੀਨਿੰਗਸ ਦੇ ਉੱਪਰ ਆ, ਵਿਦ ਆਰ ਸਪੈਸ਼ਲ ਗੈਸਟ ਡਾਕਟਰ ਕੋਮਲ ਕੌਰ ਫਰੋਮ ਨਵੈਡਾ, ਜੋ ਕਿ ਇੱਕ ਫੈਮਿਲੀ ਮੈਡੀਸਨ ਫਿਜ਼ੀਸ਼ੀਅਨ ਨੇ ਨਵੈਡਾ ਦੇ ਵਿੱਚ। ਵੈਲਕਮ ਟੂ ਦ ਸ਼ੋਅ ਡਾਕਟਰ ਕੌਰ। ਥੈਂਕ ਯੂ ਸੋ ਮੱਚ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਫਾਰ ਹੈਵਿੰਗ ਮੀ ਔਨ ਦ ਸ਼ੋਅ। ਥੈਂਕ ਯੂ। ਸੋ ਸ਼ੋਅ ਸ਼ੁਰੂ ਕਰਦੇ ਹਾਂ ਪ੍ਰੀਵੈਂਟਿਵ ਕੇਅਰ ਤੋਂ। ਆਈ ਮੀਨ ਯੂ ਆਰ ਅ ਫੈਮਿਲੀ ਮੈਡੀਸਨ ਫਿਜ਼ੀਸ਼ੀਅਨ, ਸੋ ਵਿਊਅਰਸ ਨੂੰ ਦੱਸੋ ਵਟ ਇਜ਼ ਪ੍ਰੀਵੈਂਟਿਵ ਕੇਅਰ ਐਂਡ ਵਾਈ ਇਜ਼ ਇਟ ਇੰਪੋਰਟੈਂਟ? I think preventive care is the main where we really need to start, you know, taking care of our health. ਆਪਾਂ ਪ੍ਰੀਵੈਂਟਿਵ ਕੇਅਰ ਨਾਲ ਉਹ ਬਿਮਾਰੀਆਂ ਦੀ ਪਹਿਲਾਂ ਇਲਾਜ ਕਰ ਸਕਦੇ ਹਾਂ ਜਿਹਦਾ ਬਹੁਤ ਜ਼ਿਆਦਾ ਵੱਡਾ ਫੈਲ ਜਾਵੇ, ਉਹਨੂੰ ਫਿਰ ਕੰਟੇਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਤੇ ਪ੍ਰੀਵੈਂਟਿਵ ਕੇਅਰ ਨਾਲ ਆਪਾਂ ਆਪਣੇ ਲਾਈਫ ਸਪੈਨ ਨੂੰ ਯੂ ਨੋ ਇਨਕਰੀਜ਼ ਕਰ ਸਕਦੇ ਹਾਂ, ਬਿਮਾਰੀਆਂ ਨੂੰ ਜਲਦੀ ਫੜ ਸਕਦੇ ਹਾਂ, ਜਲਦੀ ਟ੍ਰੀਟ ਕਰ ਸਕਦੇ ਹਾਂ। ਫੋਰ ਇਗਜ਼ਾਮਪਲ, ਅਗਰ ਆਪਾਂ ਨੂੰ ਪਤਾ ਹੈ ਸਾਡਾ BMI ਜ਼ਿਆਦਾ ਹੈ, ਤੇ ਅਸੀਂ ਉਹਨੂੰ ਲੂਜ਼ ਵੇਟ ਕਰਨ ਵਿੱਚ ਹੈਲਪ ਕਰ ਸਕਦੇ ਹਾਂ, ਤਾਂ ਕਿ ਆਪਾਂ ਡਾਇਬੀਟੀਜ਼ ਪ੍ਰੀਵੈਂਟ ਕਰ ਸਕੀਏ, ਹਾਰਟ ਡਿਜ਼ੀਜ਼ ਪ੍ਰੀਵੈਂਟ ਕਰ ਸਕੀਏ। ਤੇ ਫਿਰ ਬੇਸਿਕਲੀ ਗੁੱਡ ਹੈਲਥ, ਡਿਜ਼ੀਜ਼ ਪ੍ਰੀਵੈਂਸ਼ਨ, ਡਿਸੇਬਿਲਿਟੀ ਐਂਡ ਡੈਥ। ਯਾ, ਆਈ ਥਿੰਕ ਅੱਖਾਂ ਬੰਦ ਕਰਨਾ ਜਿਹੜੀ ਦੁਨੀਆ ਉਹ ਬਦਲ ਨਹੀਂ ਜਾਂਦੀ, ਜਿਹੜੀ ਰਿਐਲਿਟੀ ਆ ਲਾਈਫ ਦੀ, ਕਿ ਜੇ ਤੁਸੀਂ ਕਹੋਗੇ ਕਿ ਨਹੀਂ ਨਹੀਂ ਮੈਂ ਟੈਸਟ ਹੀ ਨਹੀਂ ਕਰਾਉਣਾ, ਅਤੇ ਮੈਨੂੰ ਕੈਂਸਰ ਨਾ ਕਿਤੇ ਨਿਕਲ ਆਵੇ, ਜਾਂ ਮੈਨੂੰ ਡਾਇਬੀਟੀਜ਼ ਨਾ ਨਿਕਲ ਆਵੇ, ਜਾਂ ਮੈਨੂੰ ਹਾਈਪਰ ਟੈਂਸ਼ਨ ਨਾ ਨਿਕਲ ਆਵੇ, ਜਾਂ ਨਿਕਲ ਵੀ ਆਵੇ ਤਾਂ ਵੀ ਤੁਸੀਂ ਆਪਣੀਆਂ ਅੱਖਾਂ ਬੰਦ ਕਰ ਲਓ ਕਿ ਨਹੀਂ ਨਹੀਂ ਜੀ ਇਹ ਹੋਰ ਕੁਛ ਗਲਤ ਹੋਣਾ, ਟੈਸਟ ਗਲਤ ਹੋਣਾ, ਆਈ ਥਿੰਕ ਉਹ ਤੁਸੀਂ ਆਪਣੇ ਆਪ ਨੂੰ ਝੂਠ ਬੋਲ ਰਹੇ ਹੋ। ਔਰ ਈਜ਼ਲੀ ਟ੍ਰੀਟਬਲ ਚੀਜ਼ ਦੀ ਜਿੱਦਾਂ ਆਪਾਂ ਗੱਲ ਕਰਦੇ ਹਾਂ, ਕਿ ਜੇ ਉਹ ਚੀਜ਼ ਅਰਲੀ ਡਿਟੈਕਟ ਹੋ ਜਾਵੇ, ਸਪੈਸ਼ਲੀ ਥਿੰਗਸ ਕੈਂਸਰਸ ਆ ਜਾਂ ਜੋ ਵੀ ਆ, ਤਾਂ ਉਹਨਾਂ ਨੂੰ ਤੁਸੀਂ ਟ੍ਰੀਟ ਕਰ ਸਕਦੇ ਹੋ। ਪਰ ਜੇ ਤੁਸੀਂ ਅੱਖਾਂ ਬੰਦ ਕਰ ਲਓ, ਜਾਂ ਹਕੀਮਾਂ ਕੋਲ ਚਲ ਜਾਓ, ਜਾਂ ਐਸੇ ਬਾਬਿਆਂ ਫਕੀਰਾਂ ਕੋਲ ਚਲ ਜਾਓ, ਉਹ ਤੁਹਾਡੀ ਜਿਹੜੀ ਕੈਂਸਰ Stage 1 ਤੋਂ Stage 4 ਹੋ ਜਾਂਦੀ ਆ, ਅਤੇ ਫਿਰ ਕਈ ਵਾਰੀ ਦੁਨੀਆ ਦੀ ਕੋਈ ਵੀ ਦਵਾਈ ਤੁਹਾਨੂੰ ਟ੍ਰੀਟ ਨਹੀਂ ਕਰ ਪਾਉਂਦੀ। ਚਲੋ ਸ਼ੁਰੂ ਕਰਦੇ ਹਾਂ ਕੋਲੋਰੈਕਟਲ ਕੈਂਸਰ ਤੋਂ। ਆਈ ਮੀਨਸ ਵਨ ਆਫ ਦਾ ਮੋਸਟ ਕਾਮਨ ਕੈਂਸਰਸ, ਜਿਹੜੀ ਤੁਹਾਡੇ GI ਦੀ ਕੈਂਸਰ ਹੁੰਦੀ ਆ, ਐਂਡ ਅਗੇਨ ਕੈਨ ਬੀ ਈਜ਼ਲੀ ਪਿਕਡ ਅਪ, ਉਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ। ਕੋਲੋਰੈਕਟਲ ਕੈਂਸਰ ਆਪਣੇ ਕੋਲਨ ਦਾ ਕੈਂਸਰ ਹੁੰਦਾ ਹੈ, ਅਤੇ ਆਪਣੇ ਕੋਲਨ ਵਿੱਚ ਛੋਟੇ ਛੋਟੇ ਪੋਲਿਪਸ ਗਰੋ ਹੁੰਦੇ ਆ, ਅਤੇ ਪੋਲਿਪਸ ਬਿਨਾਈਨ ਵੀ ਹੋ ਸਕਦੇ ਆ ਅਤੇ ਕੈਂਸਰਸ ਵੀ ਹੋ ਸਕਦੇ ਆ। ਉਹ ਯੂਜਲੀ 50 ਸਾਲ ਤੋਂ ਬਾਅਦ ਜ਼ਿਆਦਾ ਸਾਡੀ ਹੁੰਦੀ ਹੈ ਕਿ ਉਹ ਗਰੋਥ ਹੋ ਸਕਦੀ ਹੈ ਸਾਡੀ ਬਾਡੀ ਵਿੱਚ। ਅਤੇ ਅਗਰ ਆਪਾਂ ਉਹਨੂੰ ਬਿਨਾਈਨ ਸਟੇਜ ਵਿੱਚ ਹੀ ਫੜ ਲਵਾਂਗੇ, ਤਾਂ ਉਹਦਾ ਬਾਇਓਪਸੀ ਕਰਕੇ ਆਪਾਂ ਉਹਨੂੰ ਪ੍ਰੀਵੈਂਟ ਵੀ ਕਰ ਸਕਦੇ ਹਾਂ ਕਿ ਅਤੇ ਕੋਲਨ ਕੈਂਸਰ ਦੀ ਉਮਰ ਹੁੰਦੀ ਹੈ 50 ਈਅਰਸ ਤੋਂ ਸ਼ੁਰੂ ਹੁੰਦੀ ਹੈ ਅਤੇ 75 ਈਅਰਸ ਤੱਕ ਕਰਦੇ ਹਾਂ, ਅਤੇ ਉਹ ਹਰ 10 ਸਾਲ ਬਾਅਦ ਕਰਨੀ ਹੁੰਦੀ ਹੈ। ਅਗਰ 50 ਤੇ ਕਰਵਾਈਏ, ਨੈਕਸਟ ਤੁਹਾਡੀ 60 ਈਅਰਸ ਤੇ ਹੋਏਗੀ। ਬਟ ਉਹਦੇ ਵਿੱਚ ਸਿਰਫ ਇੱਕ ਕਲੋਜ਼ ਹੈਗਾ ਹੈ ਕਿ ਅਗਰ ਤੁਹਾਡੀ ਫੈਮਿਲੀ ਹਿਸਟਰੀ ਕੋਲਨ ਕੈਂਸਰ ਦੀ ਹੈਗੀ ਹੈ ਅਤੇ ਕਿਸੇ ਹੋਰ ਨੂੰ ਤੁਹਾਡੀ ਫੈਮਿਲੀ ਵਿੱਚ ਕੋਲਨ ਕੈਂਸਰ ਹੋਇਆ ਹੈ, ਫਿਰ ਉਮਰ ਡਿਫਰੈਂਟ ਹੁੰਦੀ ਹੈ, ਜਾਂ ਫਿਰ ਉਹ 40 ਸਾਲ ਹੁੰਦੀ ਹੈ ਜਾਂ 10 ਸਾਲ
ਛੋਟੀ ਜਿਹੜੇ ਤੁਹਾਡੇ ਫੈਮਿਲੀ ਮੈਂਬਰ ਨੂੰ ਜਿਹੜੀ ਏਜ ਵਿੱਚ ਹੋਇਆ, ਜਿਵੇਂ ਅਗਰ ਤੁਹਾਡੇ ਫੈਮਿਲੀ ਮੈਂਬਰ ਨੂੰ 48 ਵਿੱਚ ਹੋਇਆ, ਫਿਰ ਅਸੀਂ 38 ਕਰਾਂਗੇ, ਜਾਂ ਫਿਰ 40 ਸਾਲ ਜਿਹੜੀ ਪਹਿਲੇ ਆਉਂਦੀ ਹੈ ਉਸ ਉਮਰ ਵਿੱਚ ਕੋਲਨ ਕੈਂਸਰ ਸ਼ੁਰੂ ਹੁੰਦਾ ਹੈ। ਅਤੇ ਕੋਲਨ ਕੈਂਸਰ ਡਿਫਰੈਂਟ ਟੈਸਟ ਹੁੰਦੇ ਆ, ਐਫ ਓ ਬੀ ਟੀ ਹੁੰਦਾ ਹੈ, ਐਫ ਆਈ ਟੀ ਹੁੰਦਾ ਹੈ, ਫਲੈਕਸੀਬਲ ਸਿਗਮੋਇਡਸਕੋਪੀ ਹੁੰਦੀ ਹੈ, ਅਤੇ ਕੋਲਨਾਸਕੋਪੀ ਹੁੰਦੀ ਹੈ। ਜਿਹੜੇ ਬਾਕੀ ਸਟੂਲ ਟੈਸਟ ਹੈਗੇ ਉਹ ਹਰ ਸਾਲ ਕਰਾਉਣੇ ਪੈਂਦੇ ਆ, ਅਤੇ ਕਾਫੀ ਲੋਕ ਡਰਦੇ ਆ ਕੋਲਨਾਸਕੋਪੀ ਕਿਵੇਂ ਹੋਏਗਾ, ਅਸੀਂ ਬੇਹੋਸ਼ ਕਿਤੇ ਜਾਵਾਂਗੇ, ਅਤੇ ਲੋਕ ਡਰਦੇ ਆ। ਅਤੇ ਇਹ ਬਹੁਤ ਹੀ ਸਿੰਪਲ ਸਿਡੇਸ਼ਨ ਹੁੰਦੀ ਹੈ, 15 ਮਿੰਟ ਦਾ ਟੈਸਟ ਹੁੰਦਾ ਹੈ, ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਹੋ ਗਿਆ, ਨਾ ਹੀ ਕੋਈ ਦਰਦ ਹੁੰਦੀ ਹੈ। ਅਤੇ ਫਿਰ ਤੁਸੀਂ 10 ਸਾਲ ਲਈ ਫ੍ਰੀ ਹੋ ਕਿ ਤੁਸੀਂ ਤੁਸੀਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਕਿ ਤੁਹਾਨੂੰ ਕੋਲਨ ਕੈਂਸਰ ਹੋ ਸਕਦਾ ਹੈ ਕਿ ਨਹੀਂ। ਯਾ ਆਈ ਥਿੰਕ ਸਟਿਗਮਾ ਬਹੁਤ ਆ ਜਿਹੜਾ ਨਾ, ਕਿਉਂਕਿ ਤੁਹਾਡੇ ਪਿੱਛੇ ਆਬਵੀਅਸਲੀ ਸਕੋਪ ਕੋਈ ਪਾ ਰਿਹਾ, ਦੈਟ ਜਸਟ ਦ ਥੌਟ ਆਫ ਇਟ, ਆਈ ਮੀਨ ਆਨੈਸਟਲੀ ਆਪਾਂ ਮੈਡੀਕਲ ਪ੍ਰੋਫੈਸ਼ਨ 'ਚ ਸਾਡੇ ਲਈ ਤਾਂ ਉਹ ਓਕੇ ਓਕੇ ਨੋਰਮਲ ਆ, ਪਰ ਆਈ ਥਿੰਕ ਫੋਰ ਅ ਨੋਰਮਲ ਪਰਸਨ, ਮੈਂ ਉਹਨਾਂ ਨੂੰ ਇਹ ਕਹਾਂ ਕਿ ਭਾਵੇਂ ਉਹ ਗੋਰੇ ਆ, ਕਾਲੇ ਆ, ਜਨਾਨੀਆਂ ਵਾ, ਬੰਦੇ ਆ, ਸਾਰੇ ਜਾਂਦੇ ਆ, ਐਂਡ ਅਮੈਰੀਕਨਸ ਗੈਟ ਇਟ ਯੂ ਨੋ ਔਨ ਟਾਈਮ, ਪਰ ਇੰਡੀਅਨਸ ਬਹੁਤ ਲੈਕ ਕਰਦੇ ਇਹ ਚੀਜ਼ ਵਿੱਚ, ਕਿਉਂਕਿ ਅਗੈਨ ਦੇਰ ਇਜ਼ ਅ ਸਕੋਪ, ਉਹ ਸਕੋਪ ਜਿਹੜਾ ਪਿੱਛੋਂ ਤੁਹਾਡੇ ਪਾ ਕੇ ਉੱਪਰ ਲੈ ਕੇ ਜਾਣਾ ਹੁੰਦਾ। ਸੋ ਮੈਂ ਆਪਣੇ ਵਿਊਅਰਸ ਨੂੰ ਇਹ ਕਹੂੰਗਾ ਇਸ ਚੀਜ਼ ਨੂੰ ਡਰੋ ਨਾ, ਬਿਕੋਜ਼ ਐਟ ਦੀ ਐਂਡ ਆਫ ਦ ਡੇ ਇੱਕ ਸਿੰਪਲ ਸਕੋਪ ਲੈ ਕੇ ਜਾ ਕੇ ਅਸੀਂ ਉਹ ਕੈਂਸਰ ਨੂੰ ਹੀ ਉੱਥੋਂ ਮੁਕਾ ਸਕਦੇ ਹਾਂ, ਰਾਈਟ, ਉੱਥੋਂ ਹੀ ਉਹਨੂੰ ਕੱਟ ਕਰ ਸਕਦੇ ਹਾਂ ਕਿ ਤੁਹਾਨੂੰ ਕਦੀ ਉਹ ਜਿਹੜਾ ਪੋਲਪ ਆ ਕੈਂਸਰ ਹੀ ਨਾ ਬਣ ਸਕੇ ਜਾਂ ਵੱਧ ਹੀ ਨਾ ਸਕੇ, ਤੇ ਉਹਦਾ ਤੇ ਆਪਾਂ ਇਹਨੂੰ ਡੈਫੀਨੇਟਲੀ ਘੱਟ ਵੀ ਕਰ ਸਕਦੇ ਆ। ਇਹਦੇ ਕਈ ਰਿਸਕ ਫੈਕਟਰਸ ਵੀ ਹੁੰਦੇ ਆ, ਜਿਨ੍ਹਾਂ ਲੋਕੀ ਜਿਨ੍ਹਾਂ ਦਾ ਭਾਰ ਜ਼ਿਆਦਾ ਹੁੰਦਾ ਹੈ, ਜ਼ਿਆਦਾ ਫਿਜ਼ੀਕਲ ਐਕਟੀਵਿਟੀ ਨਹੀਂ ਕਰਦੇ, ਜ਼ਿਆਦਾ ਐਲਕੋਹਲ ਪੀਂਦੇ ਆ, ਜਾਂ ਉਹਨਾਂ ਨੂੰ ਹੈਲਥ ਦੀਆਂ ਬਿਮਾਰੀਆਂ ਜਿਵੇਂ ਕਰੋਨਸ ਡਿਜ਼ੀਜ਼ ਹੋ ਗਈ ਜਾਂ ਕੋਈ ਹੋਰ ਇਨਫਲਮੇਸ਼ਨ ਬਾਡੀ ਵਿੱਚ ਆ, ਆਪਾਂ ਡੈਫੀਨੇਟਲੀ ਇਹਨੂੰ ਰਿਸਕ ਫੈਕਟਰਸ ਘਟਾ ਸਕਦੇ ਹਾਂ। ਬਿਲਕੁਲ ਸਮੋਕਿੰਗ ਕਰਨਾ ਬੰਦ ਕਰ ਦਿਓ, ਵੇਟ ਘਟਾਓ, ਫਿਜ਼ੀਕਲ ਐਕਟੀਵਿਟੀ ਬਹੁਤ ਜ਼ਰੂਰੀ ਹੈ, ਐਕਸਰਸਾਈਜ਼ ਕਰਨਾ, 30 ਮਿੰਟ ਦਿਨ ਵਿੱਚ ਕਾਰਡੀਓ, ਅਤੇ ਆਪਣੀ ਐਲਕੋਹਲ ਇਨਟੇਕ ਘਟਾਉਣਾ, ਅਤੇ ਫੈਮਿਲੀ ਮੈਂਬਰ ਦੀ ਸਪੋਰਟ ਲੈਣਾ, ਇੱਕ ਦੂਜੇ ਨੂੰ ਸਪੋਰਟ ਕਰਨਾ, ਮੋਟੀਵੇਟ ਕਰਨਾ ਕਿ ਚਲੋ ਇਹ ਕਰਾਉਣਾ ਬਹੁਤ ਜ਼ਰੂਰੀ ਹੈ ਅਤੇ ਆਪਾਂ ਕਰੀਏ ਸਾਰੇ ਇਹ ਟੈਸਟ। ਯਾ ਆਈ ਥਿੰਕ ਭਾਵੇਂ ਗੁਰਦੁਆਰੇ 'ਚ ਹੋਵੇ ਜਾਂ ਕਿਤੇ ਵੀ ਕੋਲੋਨਾਸਕਪੀ ਸਕਰੀਨਿੰਗ, ਕੋਲੋਰੈਕਟਲ ਸਕਰੀਨਿੰਗ ਬਾਈ ਕੋਲੋਨਾਸਕਪੀ, ਅਗੇਨ ਤੁਸੀਂ ਆਪਣੇ ਮੋਸਟਲੀ ਜੀ ਆਈ ਡਾਕਟਰ ਕੋਲ ਜਾਓਗੇ, ਫੈਮਿਲੀ ਮੈਡੀਕਲ ਫਿਜ਼ੀਸ਼ੀਅਨ ਕੋਲ ਜਾਓਗੇ, ਉਹ ਤੁਹਾਨੂੰ ਰਿਫਰ ਕਰੂਗਾ ਜੀ ਆਈ ਡਾਕਟਰ ਕੋਲ। ਸਿੰਪਲ ਪ੍ਰੋਸੈਸ ਆ, ਇੱਕ ਵਾਰੀ ਤੁਸੀਂ ਜਾਓ, ਜੀ ਐਨ ਐਸ ਸੈਟਅਪ ਕਰ ਲਓ, ਹਰ ਇੱਕ ਤੁਹਾਨੂੰ 10 ਸਾਲ ਬਾਅਦ ਉਹ ਆਪੇ ਕਾਲ ਕਰਨਗੇ ਕਿ ਤੁਹਾਡਾ ਟਾਈਮ ਹੋ ਗਿਆ ਕੋਲੋਨਾਸਕਪੀ ਦਾ, ਐਂਡ ਦੈਨ ਦੇ ਬ੍ਰਿੰਗ ਯੂ ਬੈਕ ਐਂਡ ਤੁਸੀਂ ਕੋਲੋਨਾਸਕਪੀ ਕਰਾ ਸਕਦੇ ਜੋ। ਅਗੇਨ ਇਹ ਇੱਕ ਸਿੰਪਲ ਟੈਸਟ ਆ, 15 ਮਿੰਟਸ, 30 ਮਿੰਟਸ, ਐਂਡ ਤੁਸੀਂ ਆਪਣੇ ਆਪ ਨੂੰ ਮੋਸਟ ਕਾਮਨ ਕੈਂਸਰ ਤੋਂ ਦੂਰ ਕਰ ਸਕਦੇ ਜੋ। ਐਂਡ ਇੰਡੀਆ ਵਿੱਚ ਮੈਂ ਇੰਨਾ ਕਹੂੰਗਾ, ਜਿਹੜੇ ਲੋਕ ਇੰਡੀਆ 'ਚ ਆ, ਜਸਟ ਮੇਕ ਸ਼ੋਰ ਕਿ ਤੁਸੀਂ ਇੱਕ ਕਲੀਨ ਜਗ੍ਹਾ 'ਤੇ ਜਾਓ ਜਿੱਥੇ ਤੁਹਾਡੀ ਕੋਲੋਨਾਸਕਪੀ ਹੋਣੀ ਆ, ਬਿਕੋਜ਼ ਉਹ ਸਕੋਪ ਕਲੀਨ ਸਟਰਲਾਈਜ਼ਡ ਹੋਣਾ ਚਾਹੀਦਾ। ਸੋ ਜਸਟ ਇਨ ਇੰਡੀਆ ਆਈਵ ਹਰਡ ਸਮ ਕਈ ਵਾਰੀ ਥੋੜ੍ਹੀ ਜਿਹੀ ਮਾੜੀਆਂ ਚੀਜ਼ਾਂ, ਉਹ ਮੇਕ ਸ਼ੋਰ ਤੁਸੀਂ ਇੱਕ ਐਕਸਪੀਰੀਅੰਸ ਸੈਂਟਰ ਕੋਲ ਜਾਓ। ਬਾਕੀ ਬ੍ਰੈਸਟ ਕੈਂਸਰ, ਯੂ ਨੋ ਅਕਤੂਬਰ ਇਜ਼ ਅ ਬ੍ਰੈਸਟ ਕੈਂਸਰ ਅਵੇਅਰਨੈਸ ਮੰਥ, ਬ੍ਰੈਸਟ ਕੈਂਸਰ ਇੱਕ ਬਹੁਤ ਹੀ ਯੂ ਨੋ ਆਈ ਗੈਸ ਭਿਆਨਕ ਚੀਜ਼ ਆ, ਡਰਾਉਣ ਵਾਲੀ ਚੀਜ਼ ਆ ਲੋਕਾਂ ਨੂੰ, ਜਿੱਥੇ ਵੀ ਆਪਾਂ ਕੈਂਸਰ ਦਾ ਨਾਮ ਹੀ ਸੁਣਦੇ ਹਾਂ ਉੱਥੇ ਡਰ ਆਉਂਦਾ, ਉੱਤੋਂ ਬ੍ਰੈਸਟ ਕੈਂਸਰ ਪਰਿਵਾਰਾਂ ਨੂੰ ਡਿਸਟਰੋਏ ਕੀਤਾ ਇਹ ਚੀਜ਼ ਨੇ। ਬਟ ਅਗੇਨ ਜੇ ਤੁਸੀਂ ਡਾਟਾ ਪੜ੍ਹੋ ਤਾਂ ਉਹ ਇਹੋ ਹੀ ਗੱਲ ਕਰਦੇ ਆ ਕਿ ਜੇ ਤੁਹਾਡੀ ਅਰਲੀ ਜੇ ਪਿਕਅਪ ਹੋ ਜੇ ਤਾਂ ਇਹਦੀ ਟ੍ਰੀਟਮੈਂਟ ਇਫ ਨਾਟ 100 99.99% ਆ। ਵਟ ਅਬਾਊਟ ਬ੍ਰੈਸਟ ਕੈਂਸਰ, ਐਨੀਥਿੰਗ ਯੂ ਵਾਂਟ ਟੂ ਪਾਸ ਔਨ, ਤੁਸੀਂ ਦੱਸਣਾ ਚਾਹੋ ਸਾਡੇ ਵਿਊਅਰਸ ਨੂੰ? ਡਾਕਟਰ ਗਗਨਦੀਪ ਸਿੰਘ ਦਾ ਬਹੁਤ ਹੀ ਅਮੇਜ਼ਿੰਗ ਪ੍ਰੋਗਰਾਮ ਸੀਗਾ, ਜਦ ਉਹ ਬਹੁਤ ਡੀਟੇਲਸ ਵਿੱਚ ਗਏ, ਬਟ ਮੈਂ ਇਹੀ ਇੰਪਲੀਮੈਂਟ ਦੁਆਰਾ ਕਰਨਾ ਚਾਹੂੰਗੀ ਕਿ ਐਵਰੀ ਵੁਮੈਨ ਜਦ ਉਹ 40 ਸਾਲ ਦੀ ਹੋ ਜਾਂਦੀ ਹੈ, ਹਰ ਸਾਲ ਜਾਂ 2 ਸਾਲ ਤੁਸੀਂ ਆਪਣੇ ਡਾਕਟਰ ਨਾਲ ਗੱਲ ਕਰੋ ਕਿ ਤੁਸੀਂ ਕਿੰਨੀ ਫ੍ਰੀਕੁਐਂਟਲੀ ਕਰਾਉਣਾ ਚਾਹੁੰਦੇ ਹੋ, ਅਤੇ ਤੁਸੀਂ ਇਸ ਵੱਡੀ ਬਿਮਾਰੀ ਨੂੰ ਰੋਕ ਸਕਦੇ ਹੋ। ਬਹੁਤ ਲੋਕ ਡਰਦੇ ਹੈ ਕਿ ਉੱਥੇ ਐਕਸਰੇ ਹੋਏਗਾ, ਸਾਨੂੰ ਹਾਰਮ ਹੋ ਜਾਏਗਾ, ਰੇਡੀਏਸ਼ਨ ਹੋਏਗਾ, ਬਟ ਜਿਹੜਾ ਉਹ ਰਿਸਕ ਹਾਰਮ ਫਰੋਮ ਦ ਰੇਡੀਏਸ਼ਨ ਹੈ ਬਹੁਤ ਹੀ ਛੋਟਾ ਹੈ, ਬਟ ਬ੍ਰੈਸਟ ਕੈਂਸਰ ਦਾ ਰਿਸਕ ਬਹੁਤ ਹੀ ਵੱਡਾ ਹੈ। ਅਤੇ ਇਸ ਲਈ ਆਪਣੀ ਜਿੰਨੀ ਵੀ ਫੀਮੇਲ ਫਰੈਂਡਸ ਅਰਾਊਂਡ ਹੈ, ਸਾਡੀ ਮਦਰ ਹੈ, ਸਾਡੀ ਆਂਟੀਜ਼ ਹੈ, ਚਾਚੀ ਮਾਮੀ, ਸਾਰਿਆਂ ਨੂੰ ਇੱਕ ਮੋਟੀਵੇਟ ਕਰਨਾ ਬਹੁਤ ਜ਼ਰੂਰੀ ਹੈ ਕਿ ਇਹ ਟੈਸਟ ਇੰਪੋਰਟੈਂਟ ਹੈ ਅਤੇ ਸਾਰਿਆਂ ਨੂੰ ਕਰਾਉਣਾ ਚਾਹੀਦਾ ਹੈ। ਹਰ ਸਾਲ ਜਾਂ 2 ਸਾਲ ਇਹ ਤੁਸੀਂ ਆਪਣੇ ਡਾਕਟਰ ਨਾਲ ਡਿਸਕਸ ਕਰੋ ਜੋ ਤੁਹਾਨੂੰ ਕੰਫਰਟੇਬਲ ਲੱਗਦਾ ਹੈ, ਅਤੇ ਆਪਣੇ ਆਪ ਨੂੰ ਬਚਾਓ। 40 ਸਾਲ ਦੀ ਉਮਰ ਰਿਕਮੈਂਡਿਡ ਹੈ ਕਿ 50, 40 ਕੇ 50? ਡਿਫਰੈਂਟ ਹੈਗੇ ਹੈ ਦੋਨੋਂ, ਦੋ ਡਿਫਰੈਂਟ ਗਾਈਡਲਾਈਨਸ ਹੈ। ਅਮੈਰੀਕਨ ਕੈਂਸਰ ਸੋਸਾਇਟੀ 40 ਰਿਕਮੈਂਡ ਕਰਦੀ ਹੈ, ਅਤੇ USPSTF ਉਹ 50 ਤੋਂ ਸ਼ੁਰੂ ਕਰਦੇ ਆ, ਅਤੇ ਇਸ ਲਈ ਸਾਡੀ ਕਲੀਨਿਕ ਵਿੱਚ ਵੀ 40 'ਤੇ ਕੀਤਾ ਜਾਂਦਾ ਹੈ,
बट अगेन तुसी अपने डॉक्टर नाल गल करो, तुसी की करना चाहते हो। या आई थिंक 40 अगेन मेरे लिए 40 रेकमेंड करता हूँ। अगेन ब्रेस्ट कैंसर कल्ला फीमेल्स नू नहीं इफेक्ट करती, मेल्स नू भी इफेक्ट कर मेल्स सकती नू है। भी सो ऑलवेज तुहानू लंप्स दे इवन दो रेकमेंडेड नहीं है बट स्टिल तुहानू टेस्ट अपने आप का फील जरूर करो, मे बी डेली वीकली बेसिस मंथली बेसिस कि कोई नवा लंप तो नहीं है। जे कि लंप तुम वेखते लंप ज मतलब कि कितने नोजुल ज लंप कोई बंप अपने डॉक्टर को जरूर जाओ। अगेन सिंपल टेस्ट या मैमोग्राम एक बार जाओगे रेडियोलॉजिस्ट को तुसी टेस्ट कराते जो, बाकी हर एक साल तुम्हें आपे फोन आ जाना या 2 साल बाद तुहाडे फैमिली फिजिशियन का कि तुहाडा मैमोग्राम का टाइम हो गया। अमेरिकन यूजली अपने बर्थडे वाले दिन जाते हैं, हर एक ने अपना सैट की होंगी है। यू कैन पिक योर डे, अगेन अक्टूबर ब्रेस्ट कैंसर अवेयरनेस मंथ आ, बस मार्क कर लो जो तुम्हारी 40 साल की उम्र हो जाती है, तुसी मैमोग्राम जरूर करवाना हर एक साल या 2 साल बाद डिपेंडिंग ऑन तुहाडा स्केड्यूल जां तुहाडा टाइम। बाय वड्डी चीज़ ये आ फैमिली हिस्ट्री दी, जे तुहाडी फैमिली विच किसी नूं ब्रेस्ट कैंसर होई सी दैन मे बी यू नीड टू गैट टेस्टिड सूनर। सो अगेन यू हैव टू टॉक टू योर डॉक्टर अबाउट दैट। बाकी अनदर कैंसर इट्स जी सॉरी, नो नो गो इट्स अहेड। अ स्क्रीनिंग टेस्ट। वही है कि स्क्रीनिंग टेस्ट का मतलब है ये कि जरूरी नहीं है सानू सिम्टम होंगे। ए स्क्रीनिंग टेस्ट का मतलब है जिहड़े सिम्टम्स नहीं है तां भी असीं ओ डिजीजेस नू अर्ली डिटेक्ट कर लिए ते हेल्प कर सकीए। या आई थिंक ये बहुत वड्डी गल आ कि अगेन यू नॉट तुसी वेट नहीं कर रहे कि मैनू वो बीमारी पैदा हो जाए जां वध जाए, तुसी उहनू अर्ली पिकअप कर रहे हो जो थ्रू दी स्क्रीनिंग टेस्ट। द गोल इट स्क्रीनिंग टेस्ट है यो आ कि तुहानू जे तुहाडे क्योंकि तुहाडे अंदर मिलियंस ऑफ सेल्स आ राइट, और कैंसर बेसिकली हुंदी की है कि तुहाडा मिलियंस ऑफ सेल्स दे विचों एक सैल जिहड़ा वो खराब हो गया, वो ज़्यादा प्रोड्यूस करन लग पिया। एक हुण तुसी आपे सोचो दिन दे विच आ सैल्स तुहाडे किन्नी वारी प्रोड्यूस रीप्रोड्यूस करदे आ, वधदे आ घटदे आ राइट। एक सैल गलत हो गया तो वो वध के कैंसर बन सकता, तो असी थ्रू ए स्क्रीनिंग टेस्ट दे वो चीज़ नू अर्ली पिकअप कर सकते हैं तो वो चीज़ नू वधन तो रोक सकते हैं। बाकी अलग होर स्क्रीनिंग्स की गलबात जारी रखांगे छोटी जी ब्रेक तो बाद। वेलकम बैक। आप अज प्रिवेंटिव केयर की गलबात कर रहे हैं स्क्रीनिंग टेस्ट की, बिकॉज़ कोई भी बीमारी नू वधन तो पहला जे आप फड़ लीए ते उस तो वधिया कोई चीज़ नहीं हो सकती। और कैसियां ऐसियां बीमारियां ने जिहड़ियां कॉमन गाइडलाइनस है साडे डॉक्टर्स लई कि आ चीज़ लई तुसीं डिटेक्ट करो, जे डिटेक्ट हो जाती उहनूं अर्ली ट्रीट करो, तो ये किसी इंसान की 20, 30, 40, 50 साल तक लाइफ वधा सकदियां जे। सो बट ये चीज़ फिर ही हो सकती है जे तुसीं अपने डॉक्टर को टाइम सिर जाओ, अगेन ट्रस्टवल डॉक्टर को जाओ, संबड़ी जिन्ना तुसीं कनैक्ट कर सकते जो ट्राई करो। थोड़ा जिहा कई वारी लभण नूं टाइम लग जूगा पर वो वधिया डॉक्टर लभण लभो जरूर, तो उहदे कोल जाओ जरूर। साल च एक बारी जां जिद्दां वी आ जिहड़ियां ऐसी स्क्रीनिंग्स की गल कर रहे हो उहनां नूं जरूर नोट डाउन करो, तो अपने डॉक्टर नूं कोई कोई हो सकता कई वारी वो भुल जाण पर उहनां नूं याद कराओ कि मैं इहदे लई क्वालीफाई तो नहीं करदा। सो गलबात जारी रखते हैं डॉक्टर कोमल कौर ना। नैक्सट टॉपिक सर्वाइकल कैंसर, आई थिंक एक इग्नोर टॉपिक आ पंजाबी कम्यूनिटी में, क्योंकि अगेन आई मैं डील करदा अफ्रीकन अमेरिकन ना, गोरियां ना, इंडियंस ना, और कितना कितने टॉपिक आप भुल जाने हैं। सो व्हाट अबाउट सर्वाइकल कैंसर? आई थिंक इट्स वेरी वेरी इंपॉर्टेंट। दैट्स व्हाट आई टेल ऑल माई फीमेल पेशेंट्स के अगर थोड़ा कंफर्टेबल लगता है कि तुम एक फीमेल डॉक्टर ना ज़्यादा गल कर सकते हो तो प्लीज़ करो, क्योंकि पैप स्मेयर कराना बहुत जरूरी है। तो साड़ी पंजाबी कम्युनिटी विच, इंडिया विच खासकर मैं देखे है बहुत घट परसेंटेज ऑफ गर्ल्स एंड वुमेन ए टेस्ट कराते हैं। तो ए टेस्ट उम्र 21 साल तो शुरू हो जाता है, 21 साल विच हमेशा 3 साल बाद करवाया जाता है। ते फिर जब तुसी 30 साल दे हो जाते हो तो पैप स्मेयर प्लस एचपीवी, एचपीवी इज द वायरस जिदे नाल सब तो ज़्यादा सर्विकल कैंसर दे केसेस होंगे हैं, वो भी इंक्लूड हो जाता है। फिर 30 ईयर्स टू 65 ईयर्स एज हमेशा 5 साल बाद वो टेस्ट कराया जाता है। ए टेस्ट लोग डरते हैं कराने वास्ते, बट ए भी लिटरली उन्होंने 5 मिनट लगते हैं, इस तो ज़्यादा टाइम नहीं लगता है। इट्स अपने डॉक्टर नाल कंफर्टेबल होना जो तुसी क्या हो बहुत जरूरी है। अगर तुसी अपने डॉक्टर नाल कंफर्टेबल हो इस बारे गल करो तो ये टेस्ट जरूर कराओ। ते 65 तो बाद अगर तुहाडे पिछले लास्ट साल विच सारे टेस्ट नेगेटिव रहे हैं फिर तुहानू दोबारा 65 तो बाद कराने की लोड़ नहीं है। द ओनली केस तुहानू नहीं कराने की लोड़ अगर तुहाडी हिस्टरेक्टमी हुई है
ਤੇ ਤੁਹਾਡਾ ਟੋਟਲ ਹਿਸਟਰੈਕਟਮੀ ਜਿੱਥੇ ਤੁਹਾਡਾ ਸਰਵਿਕਸ ਵੀ ਨਹੀਂ ਹੈਗਾ, ਫਿਰ ਤੁਹਾਨੂੰ ਇਹ ਟੈਸਟ ਕਰਾਉਣ ਦੀ ਲੋੜ ਨਹੀਂ ਹੈਗੀ ਹੈ। ਤੇ ਯੂਜੂਲੀ ਲੋਕੀ ਜਦ ਫਾਈਬਰੋਇਡ ਹੋ ਜਾਂਦੇ ਆ ਤਾਂ ਹਿਸਟਰੈਕਟਮੀ ਕਰਾਉਂਦੇ ਆ। ਤੇ ਅੱਜ ਕੱਲ੍ਹ HPV ਦੀ ਵੈਕਸੀਨ ਵੀ ਹੈਗੀ ਹੈ, ਤੇ ਦੋਨੋਂ ਮੇਲ ਐਂਡ ਫੀਮੇਲ ਨੂੰ ਰეკਮੈਂਡ ਕੀਤੀ ਜਾਂਦੀ ਹੈ ਐਟ ਏਜ 11। ਤੇ ਆਈ ਆਈ ਹਾਈਲੀ ਰეკਮੈਂਡ ਕਿ ਆਪਣਾ ਇੱਕ ਕੰਫਰਟ ਲੈਵਲ ਬਣਾਓ, ਇੱਕ ਕੇਅਰ। ਇਹ ਬਹੁਤ ਬਹੁਤ ਸਰਵਿਕਲ ਕੈਂਸਰ ਟੈਸਟਿੰਗ ਇਜ਼ ਵੈਰੀ ਵੈਰੀ ਇੰਪੋਰਟੈਂਟ। अगेन आई थिंक या इट्स बहुत जरूरी है। अगेन ब्रेस्ट कैंसर, कोलन कैंसर, सर्विकल कैंसर ईजली कैन बी डिटेक्टेड, ईजली कैन बी ट्रीटेड। तो जे इन तिना असी कंट्रोल कर लिए, जे उपरों जो तुम स्मोकिंग नहीं करते तो तुम्हें लंग कैंसर होने के चांसिस बहुत घट होंगे ने। लिटरली यू नो मैं हूँ मैं नंबर नहीं, बट प्रॉब्ली 80-90% ऑफ द कैंसर चांस थोड़ा जीरो हो जाता। सो अगेन यू नो द चांस ऑफ यू हैविंग अदर टाइप्स ऑफ कैंसर आर एक्सट्रीमली रेयर। तो जो तुम ये चीज़ों में भी अपने जो कट ऑफ कर देंगे जो दैन यू नो अगैन तुम कैंसर फ्री लाइफ लिव कर सकते जो। अनदर टॉपिक जो कि बहुत ज़्यादा इंपॉर्टेंट आ स्पैशली फॉर मी एज अ कार्डियोलॉजिस्ट या फैमिली केयर फिजिशियन वो आ ब्लड प्रैशर का। यू नो एज अ कार्डियोलॉजिस्ट साढ़े यू नो दिस इज ये चीज़ जी है जी मैं डील करता डेली डे टू डे बेसिस राइट। हाइपरटेंशन स्लो किलर आ, एक दिन से नहीं मारता है तो हौली हौली मारता, तो जो मारता पूरा डिबिलिटेट कर देता। उसके बारे यू नो इफ यू वांट टू शेयर फ्यू वर्ड्स अबाउट हाइपरटेंशन ब्लड प्रेशर स्क्रीनिंग। या सो अकॉर्डिंग टू द स्टैट्स 1 out of 3 अमेरिकन एडल्ट्स नू हाई ब्लड प्रेशर होता है। द इसलिए इतना जरूरी है चेक कराना क्योंकि ये कोई सिम्टम्स ही नहीं होते जब तक वो एंड पॉइंट कोई बहुत बड़ी चीज नहीं हो जाती, स्ट्रोक नहीं हो जाता, हार्ट डिजीज नहीं हो जाती। तो आप उस पॉइंट तक क्यों पहुंचने जब आप इनू पहले प्रिवेंट कर सकते हैं। तो एनुअल चेकअप इसलिए बहुत जरूरी है। घर चेकअप कर सकते हो, तुसी फार्मेसीज ते जा सकते हो, तुसी अपने ग्रोसरी स्टोर ते, दे ऑल ऑफर फ्री ब्लड प्रेशर चेकअप। तो इसलिए ये कराना बहुत जरूरी है। तो यूजुअली नॉर्मल ब्लड प्रेशर होंगे 120/80। ते अगेन डिफरेंट गाइडलाइंस, अमेरिकन कार्डियोलॉजी दे रेकमेंड द गाइडलाइन इज हाई ब्लड प्रेशर इज 130/80, बट दूजे जड़े हैगे हैं एसोसिएशंस दे से 140/90 इज हाई ब्लड प्रेशर। दैट्स व्हेन यू रियली नीड टू गेट ऑन अ मेडिकेशन। बट असी क्लिनिक विच वी अपने वी गिव दैम एटलीस्ट के घर जाके चेकअप करो, हर रोज अपना ब्लड प्रेशर लिखो, क्योंकि कई बार लोग बहुत नर्वस हो जाते हैं, पेशेंट जब अपने डॉक्टर को देखने जाते हैं तो उनका हाई ब्लड प्रेशर हो जाता है उत्थे। बट असं उन्होंने महीना 2 महीना देने कि अपना सॉल्ट इनटेक घट करो, फिजिकल एक्टिविटी वधाओ, एलकोहल घट पियो, हेल्दी डाइट रखो, बिकॉज ये सारे ना तुसी अपना आपनों किडनी फेलियर तो बचा सकते हो, डायबिटीज तो बचा सकते हो, हार्ट डिजीज तो बचा सकते हो। इसलिए ये बहुत जरूरी है कि तुसी अपना घर भी ब्लड प्रेशर चेक कर सकते हो या एनुअल एग्जाम विच अपने डॉक्टर नाल डिस्कस कर सकते हो। या आई थिंक आ चीज़ मैं बहुत फेस करता कि यार मैनू ब्लड प्रेशर डॉक्टर आंदा पर मैनू फील तो होंदा नहीं आ। सो व्यूअर्स मैं दसदा कि ये जे तुहाडी नाड़ी आ, तुहाडी ब्लड वैसल आ, जो तुहाडा ब्लड प्रेशर का मतलब की है कि तुहाडे जिहड़ा खून आ वो पुश कर रहा तुहाडी नाड़ी दे यू नो इदा बार। तो कई बार की होंगे कि नाड़ियाँ सैल दियाँ बनिया वो नाड़ी इदा खुल जाती आ, खून बाहर आ जाता, स्ट्रोक जिन्होंने मतलब कि तुहाडे ब्रेन च ब्लीड हो सकती है वो प्रैशर तो होंगी है। जो प्रैशर ज़्यादा हो जाता इदा ही तुहाडे प्रैशर जो वध गया हार्ट के तो तुहानू हार्ट अटैक हो सकता, तुहाडी किडनी फेलियर हो सकती है, लिवर प्रॉब्लम्स हो सकती हैं। सो तुसी उदों तक क्यों वेट करते हो कि जिदन वो नाड़ी फटूगी उदन ही तुसी कहना कि हाँ हुण मैं ब्लड प्रैशर की दवाई खावा। वाई नॉट यू जे तुसी सही उम्र च और दवाई खानी शुरू कर दो, अपना ब्लड प्रैशर कंट्रोल कर लो, जिदा 120। मेरा मैं सदा कहना क्योंकि जेडे लोग एक स्टडी आई सी उन्होंने लोगों को वेख्या जेडे मीट नहीं खाते अलग रेंदे आ नॉन वैसटर्न डाइट्स तो दूर आ, उन्होंने ब्लड प्रैशर नॉर्मली 90 हुंदा सिस्टोलिक। सो आंदे कि एक ह्यूमन जेडे आ अपना नॉर्मल ब्लड प्रैशर शुड बी अराउंड 90 सिस्टोलिक। सो आई थिंक 120 स्प्रिंट ट्रायल से जिन्हें फाइंड किया कि जिन्ना तुहाडा ब्लड प्रैशर घट आ उन्नी तुहाडी जिंदगी ज्यादा हुंदी आ। सो जे तुसी यू नो जिंदा रहना चाहते जो ज्यादा देर दैन यू नो इफ यू हैव हाई ब्लड प्रैशर उदों घट करो, गोल अगैन इज़ लैस दैन 120। असी ब्लड प्रैशर के उपर पूरी एपीसोड्स की सी, तुसी वो वेख सकते जो। अगैन चैकिंग ब्लड प्रैशर इज़ बहुत इंपॉर्टेंट, कुर्सी पर बैठे होने चाहिए जो तुहाडी बांह तुहाडे हार्ट के लैवल पर हो, कफ तुहाडे लगा हो, आर्म दे विच असी रेकमेंड करते हैं 80% आर्म का सरकमफरेंस वह जो ब्लैडर हों,
ਤੇ ਜਦੋਂ ਤੁਸੀਂ ਚੈੱਕ ਕਰੋ, ਚਾਹ ਚੂਹ ਨਾ ਪੀਤੀ ਹੋਵੇ, ਅੱਧਾ ਘੰਟਾ ਕੋਈ ਵੀ ਐਕਟੀਵਿਟੀ ਤੋਂ ਬਾਅਦ ਕਰੋ, ਅਤੇ ਦੋ ਵਾਰੀ ਚੈੱਕ ਕਰੋ। ਕਦੀ ਵੀ ਇੱਕ ਬਲੱਡ ਪ੍ਰੈਸ਼ਰ ਰੀਡਿੰਗ ਅਤੇ ਆਪਣੀ ਦਵਾਈ ਵਧਾਓ ਘਟਾਓ ਨਾ, ਦੋ ਰੀਡਿੰਗਸ ਲਓ। ਅਗੇਨ ਇੱਦਾਂ ਨੋਟਬੁੱਕ ਲਾਓ, ਨੋਟਬੁੱਕ ਦੇ ਉੱਪਰ ਤੁਸੀਂ ਰੋਜ਼ ਰੀਡਿੰਗਸ ਲਿਖੋ, ਮਹੀਨੇ ਬਾਅਦ ਜਾਂ ਹਫ਼ਤੇ ਬਾਅਦ ਜਾਂ ਜਦੋਂ ਵੀ ਤੁਸੀਂ ਡਾਕਟਰ 'ਤੇ ਜਾਂਦੇ ਹੋ, ਉਹਨੂੰ ਦਿਖਾਓ ਕਿ ਆਹ ਤੁਹਾਡੀਆਂ ਰੀਡਿੰਗਸ ਆ ਰਹੀਆਂ ਕੰਸਿਸਟੈਂਟਲੀ। ਉਹ ਤੋਂ ਡਿਪੈਂਡੈਂਟ ਤੁਹਾਡੀ ਦਵਾਈ ਉੱਪਰ ਥੱਲੇ ਹੋਣੀ ਚਾਹੀਦੀ ਆ। ਕਦੀ ਵੀ ਇੱਕ ਰੀਡਿੰਗ 'ਤੇ ਨਹੀਂ ਜਾਂ ਇੱਕ ਹਫ਼ਤਾ ਰੀਡਿੰਗ 'ਤੇ ਨਹੀਂ, ਕਦੀ ਦਵਾਈ ਉੱਪਰ ਥੱਲੇ ਹੋਣੀ ਚਾਹੀਦੀ। ਅਗੇਨ ਇਫ ਯੂਅਰ ਬਲੱਡ ਪ੍ਰੈਸ਼ਰ ਐਵਰ ਕਦੀ ਵੀ 180 ਤੋਂ ਉੱਪਰ, 170 ਤੋਂ ਉੱਪਰ, ਜਾਂ ਤੁਸੀਂ ਸਿਮਟਮਸ ਫੀਲ ਕਰਦੇ ਹੋ ਹਾਈ ਬਲੱਡ ਪ੍ਰੈਸ਼ਰ ਦੇ, ਉਸੇ ਵੇਲੇ ਡਾਕਟਰ 'ਤੇ ਜਾਣਾ ਬਹੁਤ ਜ਼ਰੂਰੀ ਆ ਕਿ ਤੁਹਾਨੂੰ ਸਟ੍ਰੋਕ ਜਾਂ ਹਾਰਟ ਅਟੈਕ ਨਾ ਹੋ ਜਾਵੇ। ਅਨਦਰ ਥਿੰਗ ਜਿਹੜੀ ਬਹੁਤ ਜ਼ਰੂਰੀ ਆ, ਜਿੰਨੀ ਬਲੱਡ ਪ੍ਰੈਸ਼ਰ ਉੰਨੀ ਆ ਡਾਇਬਿਟੀਜ਼। ਡਾਇਬਿਟੀਜ਼ ਦੀ ਸਕਰੀਨਿੰਗ ਬਾਰੇ ਜੇ ਤੁਸੀਂ ਕੁਝ ਦੱਸ ਸਕਦੇ ਹੋ। ਸੋ ਤੁਸੀਂ ਬੜਾ ਵਧੀਆ ਆਲਰੇਡੀ 2-3 ਸ਼ੋਅ ਕਰ ਚੁੱਕੇ ਹੋ ਡਾਇਬਿਟੀਜ਼ ਦੇ ਉੱਤੇ। ਮੈਂ ਸਿਰਫ ਥੋੜ੍ਹਾ ਜਿਹਾ ਕਹਿਣਾ ਚਾਹੂੰਗੀ ਕਿ ਡਾਇਬਿਟੀਜ਼ ਇਜ਼ ਲੀਡਿੰਗ ਕੋਜ਼ ਆਫ ਡਿਸੇਬਿਲਿਟੀ ਐਂਡ ਡੈਥ ਇਨ ਯੂਨਾਈਟਿਡ ਸਟੇਟਸ। ਇਹ ਅਗੇਨ ਸਾਨੂੰ ਡਾਇਬਿਟੀਜ਼, ਹਾਰਟ ਡਿਜ਼ੀਜ਼ ਦਿੰਦਾ ਹੈ, ਸਟ੍ਰੋਕ ਦਿੰਦਾ ਹੈ, ਬਲਾਈਂਡਨੈਸ ਦਿੰਦਾ ਹੈ, ਕਿਡਨੀ ਫੇਲੀਅਰ ਦੇ ਸਕਦਾ ਹੈ। ਅਤੇ ਆਪਣੇ ਹੱਥ ਵਿੱਚ ਹੈ ਕਿ ਕਿਵੇਂ ਆਪਾਂ ਆਪਣੇ ਮਿੱਠੇ ਨੂੰ ਕੰਟਰੋਲ ਕਰਕੇ, ਆਪਣੇ ਕਾਰਬੋਹਾਈਡਰੇਟ ਇਨਟੇਕ ਨੂੰ ਕੰਟਰੋਲ ਕਰਕੇ 150 ਮਿੰਟ, ਵਿਚ ਇਜ਼ ਲਿਟਰਲੀ ਇਫ ਯੂ ਡਿਵਾਈਡ ਇਟ 30 ਮਿੰਟਸ, 5 ਦਿਨ ਹਫ਼ਤੇ ਵਿੱਚ ਤੁਸੀਂ ਐਕਸਰਸਾਈਜ਼ ਕਰੋ, ਤੁਸੀਂ ਆਪਣੀ ਡਾਇਬਿਟੀਜ਼ ਨੂੰ, ਹਾਈ ਬਲੱਡ ਪ੍ਰੈਸ਼ਰ ਨੂੰ, ਸਾਰਿਆਂ ਨੂੰ ਕੰਟਰੋਲ ਕਰ ਸਕਦੇ ਹੋ। ਅਤੇ ਅੱਜ ਕੱਲ੍ਹ ਆਪਣੀ ਸਾਰਿਆਂ ਦੀ ਇੰਨੀ ਸੈਡੈਂਟਰੀ ਲਾਈਫ ਸਟਾਈਲ ਹੈ, ਅਸੀਂ ਬੈਠੇ ਖਾ ਰਹੇ ਹਾਂ, ਬਾਹਰ ਨਹੀਂ ਜਾਂਦੇ। ਸਮਾਲ ਸਮਾਲ ਚੇਂਜਸ, ਆਪਾਂ ਸਾਰਾ ਕੁਝ ਬਦਲ ਸਕਦੇ ਹਾਂ। ਇੱਕ ਦੂਜੇ ਨੂੰ ਪੁੱਛੋ, ਵਾਟ ਇਜ਼ ਯੋਰ A1C ਨੰਬਰ, ਯੂ ਨੋ, ਇਟਸ ਲਾਈਕ ਵੀ ਸ਼ੁਡ ਨੋ ਕਿ ਹਮੇਸ਼ਾ ਆਪਣਾ ਬੇਸ ਲਾਈਨ 5.7 ਤੋਂ ਥੱਲੇ ਹੋਣਾ ਚਾਹੀਦਾ ਹੈ। ਅਤੇ ਅਗਰ 6.6 ਪਹੁੰਚ ਜਾਂਦਾ ਹੈ, ਫਿਰ ਉਹ ਡਾਇਬਿਟੀਜ਼ ਬਣ ਜਾਂਦਾ ਹੈ, ਅਤੇ ਸਾਨੂੰ ਫਿਰ ਦਵਾਈ ਸ਼ੁਰੂ ਕਰਨੀ ਪੈਂਦੀ ਹੈ। ਅਤੇ ਉਹ ਸਟੇਜ ਤੱਕ ਆਪਾਂ ਨਾ ਪਹੁੰਚੀਏ ਅਤੇ ਆਪਣੇ ਆਪ ਨੂੰ ਕੰਟਰੋਲ ਕਰੀਏ, ਅਤੇ ਜਦ ਆਪਾਂ ਲਾਈਫ ਸਟਾਈਲ ਚੇਂਜਸ ਕਰ ਸਕਦੇ ਹਾਂ, ਆਪਾਂ ਮੈਡੀਸਨ ਤੱਕ ਨਾ ਪਹੁੰਚੀਏ। ਡਾਇਬਿਟੀਜ਼ ਅਗੇਨ ਹਾਈ ਬਲੱਡ ਪ੍ਰੈਸ਼ਰ ਵਾਂਗੂ, ਲੂਣ ਅਤੇ ਖੰਡ ਵਾਂਗੂ ਇੱਕ ਸਲੋ ਕਿਲਰ ਆ। ਜੇ ਤੁਸੀਂ ਇਹ ਕਹਿੰਦੇ ਹੋ ਕਿ ਹਾਂ ਮੈਨੂੰ ਡਾਇਬਿਟੀਜ਼ ਆ, ਫਿਰ ਮੈਨੂੰ ਫੀਲ ਨਹੀਂ ਹੁੰਦਾ, ਜਸਟ ਰਿਮੈਂਬਰ ਉਹ ਜਿਹੜੀ ਸ਼ੂਗਰ ਆ ਤੁਹਾਡੇ ਸਰੀਰ 'ਚ, ਉਹ ਹੌਲੀ ਹੌਲੀ ਡੈਮੇਜ ਕਰਦੀ ਆ, ਹੌਲੀ ਹੌਲੀ ਤੁਹਾਡੇ ਦਿਮਾਗ 'ਤੇ ਡੈਮੇਜ ਕਰਦੀ ਆ। ਆਪਾਂ ਅਗੇਨ ਪਿਛਲੇ ਸ਼ੋਜ਼ ਦੇ ਵਿੱਚ ਕਵਰ ਕੀਤਾ ਸੀ ਡਾਇਬਿਟੀਜ਼ ਦਾ, ਬਟ ਅਗੇਨ ਇਟਸ ਕ੍ਰਿਟੀਕਲ, ਕਿਉਂਕਿ 50% ਜਿਹੜੀ ਅਮੈਰੀਕਾ ਦੀ ਪਾਪੂਲੇਸ਼ਨ ਆ ਜਾਂ ਡਾਇਬੈਟਿਕ ਜਾਂ ਪ੍ਰੀ ਡਾਇਬੈਟਿਕ ਆ, ਸੋ ਬਹੁਤ ਵੱਡਾ ਨੰਬਰ ਆ। ਅਗੇਨ 18 ਸਾਲ ਦੀ ਉਮਰ ਦੀ, ਵਾਟ ਇਜ਼ ਦਾ ਏਜ ਫੋਰ ਜਦੋਂ ਸਕਰੀਨਿੰਗ ਸ਼ੁਰੂ ਕਰਨੀ ਚਾਹੀਦੀ ਆ ਡਾਇਬਿਟੀਜ਼ ਦੀ? 18 18 ਤੇ ਐਂਡ ਅਗਰ ਤੁਹਾਡੀ ਫੈਮਿਲੀ ਹਿਸਟਰੀ ਹੈਗੀ ਹੈ, ਅਗਰ ਤੁਸੀਂ ਤੁਹਾਡਾ ਭਾਰ ਜ਼ਿਆਦਾ ਹੈ, ਫਿਰ ਤੁਸੀਂ ਉਸ ਤੋਂ ਪਹਿਲੇ ਵੀ ਚੈੱਕ ਕਰਵਾ ਸਕਦੇ ਹੋ, ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਓਬੀਸਿਟੀ ਅਤੇ ਡਾਇਬਿਟੀਜ਼ ਬੱਚਿਆਂ ਵਿੱਚ ਵੀ ਹੋ ਰਹੀ ਹੈ। ਯਾ ਆਈ ਥਿੰਕ ਸੋ ਬਲੱਡ ਪ੍ਰੈਸ਼ਰ ਐਂਡ ਡਾਇਬਿਟੀਜ਼ ਬੋਥ 18 ਸਾਲ ਦੀ ਉਮਰ 'ਤੇ। ਸੋ ਫਸਟ ਵਿਜ਼ਿਟ ਤੁਹਾਡੀ ਜਦੋਂ 18 ਸਾਲ ਦੇ ਤੁਸੀਂ ਹੁੰਦੇ ਜੋ, ਉਦੋਂ ਤੁਹਾਡਾ HbA1c ਜਾਂ ਗਲੂਕੋਜ਼ ਚੈੱਕ ਜ਼ਰੂਰ ਹੋਣਾ ਚਾਹੀਦਾ, ਨਾਲ ਤੁਹਾਡਾ ਬਲੱਡ ਪ੍ਰੈਸ਼ਰ ਜ਼ਰੂਰ ਚੈੱਕ ਹੋਣਾ ਚਾਹੀਦਾ। ਅਨਦਰ ਥਿੰਗ ਅਗੇਨ ਬਿਗ ਥਿੰਗ ਇਜ਼ ਕੋਲੈਸਟਰੋਲ, ਯੂ ਨੋ, ਫੈਟ ਜਿਹਨੂੰ ਕਹਿ ਦਿੰਦੇ ਆ, ਸਾਡਾ ਖੂਨ ਗਾੜਾ ਹੋ ਗਿਆ, ਉਹਦੇ ਬਾਰੇ ਕੁਛ ਦੱਸੋ ਕੋਲੈਸਟਰੋਲ ਬਾਰੇ। ਉਹ ਵੀ ਹਾਈਪਰਟੈਂਸ਼ਨ ਤੇ ਡਾਇਬੀਟੀਜ਼ ਵਰਗੀ ਹੀ ਹੈ, ਕਿਉਂਕਿ ਉਹਦੇ ਕੋਈ ਸਿੰਪਟਮਸ ਨਹੀਂ ਹੈ, ਸਾਨੂੰ ਨਹੀਂ ਪਤਾ ਲੱਗੇਗਾ ਸਾਡੀ ਬਲੱਡ ਵਿੱਚ ਕੋਲੈਸਟਰੋਲ ਵੱਧ ਗਿਆ ਹੈ। ਸੋ ਇਸ ਲਈ 18 ਸਾਲ ਦੇ ਜਦ ਤੁਸੀਂ ਜਾਂਦੇ ਹੋ, ਯੂਜੂਲੀ ਰੈਕਮੈਂਡਡ ਹੁੰਦਾ 4-6 ਈਅਰਸ, ਕਈ 18 ਸਾਲ ਕਹਿੰਦੇ ਆ, ਕਈ 20 ਸਾਲ ਕਹਿੰਦੇ ਆ, ਅਤੇ ਆਪਣੇ ਡਾਕਟਰ ਨਾਲ ਗੱਲ ਕਰੋ, ਕਿਉਂਕਿ ਆਪਣਾ ਕੋਲੈਸਟਰੋਲ ਚੈੱਕ ਕਰਾਓ। ਉਹਨੂੰ ਕਹਿੰਦੇ ਆ ਲਿਪਿਡ ਪੈਨਲ, ਉਹਦੇ ਵਿੱਚ LDL ਹੁੰਦਾ, HDL ਹੁੰਦਾ, ਟ੍ਰਾਈਗਲਿਸਰਾਈਡਸ ਅਤੇ ਟੋਟਲ ਕੋਲੈਸਟਰੋਲ। ਅਤੇ HDL ਹੁੰਦਾ ਹੈ ਵਧੀਆ ਵਾਲਾ ਕੋਲੈਸਟਰੋਲ, ਅਤੇ LDL ਹੁੰਦਾ ਹੈ ਗੰਦਾ ਵਾਲਾ। ਅਤੇ ਆਪਾਂ ਬੇਸਿਕਲੀ LDL ਦੇਖਦੇ ਹਾਂ ਕਿ ਉਹ 100 ਜਾਂ 100 ਤੋਂ ਘੱਟ ਹੋਣਾ ਚਾਹੀਦਾ, ਅਤੇ ਅਗਰ ਤੁਹਾਨੂੰ ਡਾਇਬਿਟੀਜ਼ ਹੈ, ਫਿਰ ਉਹ 70 ਤੋਂ ਘੱਟ ਹੋਣਾ ਚਾਹੀਦਾ। ਉਹ ਵੀ ਉਹੀ ਹੈ ਕਿ ਆਪਾਂ ਅੱਜ ਕੱਲ੍ਹ ਜੰਕ ਫੂਡ ਜ਼ਿਆਦਾ ਖਾਂਦੇ ਹਾਂ, ਫਰੋਜ਼ਨ ਫੂਡ ਜ਼ਿਆਦਾ ਖਾਂਦੇ ਹਾਂ, ਅਤੇ ਉਹਨਾਂ ਨੂੰ ਘੱਟ ਕਰਨਾ, ਫਰੈਸ਼ ਫਰੂਟਸ, ਵੈਜੀਟੇਬਲਸ ਖਾਣਾ, ਐਕਸਰਸਾਈਜ਼ ਕਰਨਾ, ਸੈਚੂਰੇਟਿਡ ਫੈਟਸ ਆਪਣੀ ਬੋਡੀ 'ਚੋਂ ਕੱਢਣਾ ਬਹੁਤ ਬਹੁਤ ਜ਼ਰੂਰੀ ਹੈ, ਅਤੇ ਐਕਸਰਸਾਈਜ਼ ਕਰਨਾ 30 ਮਿੰਟਸ ਐਵਰੀ ਡੇ। ਐਜ਼ ਅ ਕਾਰਡੀਓਲੋਜਿਸਟ ਮੈਂ ਤੁਹਾਨੂੰ ਦੱਸਾਂ ਕਿ ਕੋਲੈਸਟਰੋਲ ਹੀ ਉਹ ਚੀਜ਼ ਆ ਜਿਹਦੇ ਕਰਕੇ ਹਾਰਟ ਅਟੈਕ ਹੁੰਦੇ ਆ, ਰਾਈਟ? ਤੁਹਾਡੀ ਆਰਟਰੀ ਆ, ਆਰਟਰੀ ਦੇ ਵਿੱਚ ਫੈਟ ਬਿਲਡਅਪ ਹੋ ਜਾਂਦੀ ਆ, ਹੌਲੀ ਹੌਲੀ ਉੱਥੋਂ ਵੀਕਨੈਸ ਹੋ ਜਾਂਦੀ ਆ, ਜਿਹੜੀ ਤੁਹਾਡੀ ਵੈਸਲ ਦੀ ਵਾ ਜਿਹੜੀ ਕੰਧ ਹੁੰਦੀ ਆ ਉਹ ਫਟ ਜਾਂਦੀ ਆ, ਅਤੇ ਅੰਦਰ ਤੁਹਾਡੇ ਖੂਨ ਜੰਮ ਜਾਂਦਾ ਅਤੇ ਤੁਹਾਡੇ ਹਾਰਟ ਅਟੈਕ ਹੁੰਦਾ। ਜੇ ਕੋਲੈਸਟਰੋਲ ਹੀ ਨਾ ਹੋਵੇ ਜਾਂ ਕੋਲੈਸਟਰੋਲ ਤੁਹਾਡੇ ਸਰੀਰ ਦੀ ਘੱਟ ਹੋਵੇ, ਤਾਂ ਤੁਹਾਡੇ ਰਿਸਕ ਹਾਰਟ ਅਟੈਕ ਦੇ ਰਿਸਕ ਬਹੁਤ ਘੱਟ ਜਾਂਦਾ, ਤੁਹਾਡਾ ਸਟ੍ਰੋਕ ਦਾ ਰਿਸਕ ਬਹੁਤ ਘੱਟ ਜਾਂਦਾ। ਸੋ ਪਲੀਜ਼ ਮੇਕ ਸ਼ੋਰ ਤੁਹਾਡੀ ਕੋਲੈਸਟਰੋਲ ਚੈੱਕ ਹੋਣੀ ਚਾਹੀਦੀ ਆ। ਬਾਕੀ ਵੱਡੀ ਗੱਲ ਕੋਲੈਸਟਰੋਲ ਦੀ ਇਹੋ ਹੀ ਆ, ਪਿੱਛੇ ਇੱਕ ਸਟੱਡੀ ਆਈ ਸੀ, ਉਹਨੇ ਇਹੋ ਫਾਇੰਡ ਕੀਤਾ ਕਿ ਇਸ ਨਾਟ ਕਿ ਤੁਹਾਡਾ ਕੋਲੈਸਟਰੋਲ ਦਾ ਲੈਵਲ ਕੀ ਆ ਉਹ ਮੈਟਰ ਕਰਦਾ, ਪਰ ਕਿੰਨੀ ਦੇਰ ਲਈ ਉਹ ਲੈਵਲ ਹਾਈ ਰਹਿੰਦਾ ਉਹ ਵੀ ਮੈਟਰ ਕਰਦਾ।
ਸੋ ਛੇਤੀ ਯੰਗ ਉਮਰ 'ਚ ਡਾਇਬੀਟੀਜ਼ ਡਾਇਗਨੋਜ਼ ਹੋਣਾ, ਹਾਈਪਰਟੈਂਸ਼ਨ ਡਾਇਗਨੋਜ਼ ਹੋਣਾ, ਕੋਲੈਸਟ੍ਰੋਲ ਡਾਇਗਨੋਜ਼ ਹੋਣਾ, ਅਤੇ ਉਹਦੀ ਟ੍ਰੀਟਮੈਂਟ ਸ਼ੁਰੂ ਕੀਤੀ ਜਾਵੇ ਅਤੇ ਤੁਹਾਡੇ ਓਵਰਆਲ ਰਿਸਕ ਜਿਹੜੇ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਜਿਹੜੇ ਸਾਲ ਜਿਹੜੇ ਘਟਣੇ ਸੀ ਉਹ ਨਹੀਂ ਘਟਦੇ। ਸੋ ਮੇਕ ਸ਼ੋਰ ਤੁਸੀਂ ਇਹ ਚੀਜ਼ਾਂ ਨੂੰ ਅਰਲੀ ਔਨ ਪਿਕਅਪ ਕਰੋ ਅਤੇ ਉਹਨੂੰ ਟ੍ਰੀਟ ਕਰੋ। ਬਾਕੀ ਡਾਕਟਰ ਕੌਰ, ਥੈਂਕ ਯੂ ਫੋਰ ਯੋਰ ਟਾਈਮ। ਕੋਈ ਐਨੀ ਲਾਸਟ ਵਰਡਸ ਜਿਹੜੇ ਤੁਸੀਂ ਸਾਡੇ ਵਿਊਅਰਸ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ? यही कहना चाहूंगी कि बहुत छोटियां चीज़ें हैं जिन्हें नाल आप अपनी लाइफ नू बहुत बेटर ते अपना लाइफ स्पैन इनक्रीज कर सकते हैं। इसलिए अपने लिए छोटे छोटे रियलिस्टिक गोल्स रखो कि एक हफ्ते विच मैं 1 या 2 पाउंड घटाना है, सीधा नहीं 10 पाउंड घटाने। ये सब तो वड्डी साड़ी गलती हुंदी है। असी शुरू करते हैं फिर साड़ा मोटिवेशन घट जाता है कि यह तो हो ही नहीं रहा। लिख लो सारा दिन किन्नी एक्सरसाइज कर रहे हो, की खा रहे हो, तो रियलिस्टिक गोल्स बनाओ, छोटियां छोटियां मील्स लो। बिकॉज़ सिर्फ डाइट ते एक्सरसाइज़ नाल ही तुसी किन्नियां बीमारियां नू प्रिवेंट कर सकते हो। मेरी अपनी फैमिली विच मैं अपने बहुत क्लोज रिलेटिव्स नू लॉस्ट किया है जिन्होंने मैमोग्राम नहीं कराया, जिन्होंने कोलन कैंसर स्क्रीनिंग नहीं कराई। इसलिए यही कहना चाहूँगी, प्लीज़ प्लीज़ अपने टाइम ते जाओ, अपने डॉक्टर नाल गल करो, तो ये स्क्रीनिंग टेस्ट जरूर करवाओ, तो आप सारी अपनी कम्यूनिटी नू हेल्दी बनाइए। सो अगेन डॉक्टर कौर, कोलोरेक्टल कैंसर स्क्रीनिंग दी उम्र शुरू च 50 years, ब्रेस्ट कैंसर मैमोग्राम 40 years, सर्वाइकल कैंसर सर्वाइकल कैंसर 21 years, ब्लड प्रेशर डायबिटीज अराउंड 18 to 20 years, एंड हाई कोलेस्ट्रॉल 18 to 20 years। सो गुड, अपने फैमिली डॉक्टर को जाओ, इंटरनल मेडिसिन डॉक्टर को जाओ, उन्हों ये चीज़ा जरूर डिस्कस करो, क्योंकि ये कॉमन किलर्स ने, इन्हों नथ पाओ टाइम सिर कि तुसी अपनी जिंदगी खुशहाल बना सको। थैंक यू सो मच फॉर योर टाइम। वी सी यू अगेन नैक्सट वीक विद अनदर एपीसोड। मिलते हैं अगले हफ्ते एक नवी एपीसोड के नाल। सत श्री अकाल।